ਹਾਂਜੀ, ਕਿੱਦਾਂ ਸਾਰੇ? ਤੇ ਵੀਡੀਓ ਆ ਜੀ, ਤੇ ਇਹ ਸਿਰ ਤੇ ਕਿਉਂ ਬੰਨਿਆ ਵੀ ਦੱਸਦਾ ਕੀ ਚੱਕਰ ਹੋਇਆ। ਤੇ ਸਾਰਿਆਂ ਰਿਕੁਐਸਟ ਹੈ ਜੀ, ਇੱਕ ਮੇਰੀ ਵੀਡੀਓ ਵੈਸੇ ਸੇਵ ਕਰਕੇ ਰੱਖ ਲਿਓ ਜੇ। ਤਾਂ ਬਾਈ ਜੀ, ਪੰਜਾਬ 'ਚ ਹੋਈ ਵੋਟਿੰਗ, ਆਪਣੇ ਕੀ ਕਹਿੰਦੇ ਹੁੰਦੇ ਆ 75% ਤੋਂ ਜੇ ਜ਼ਿਆਦਾ ਵੋਟਿੰਗ ਹੋਈ ਪੰਜਾਬ 'ਚ, ਤੇ ਸਮਝ ਲਿਓ ਜਿੱਤਣਾ ਆ ਆਮ ਆਦਮੀ ਨੇ। ਮੇਰੀ ਗੱਲ ਸਾਂਭ ਕੇ ਰੱਖ ਲਿਓ, ਜੇ 75% 70% ਤੋਂ 75% ਤੋਂ ਜ਼ਿਆਦਾ ਵੋਟ ਹੋ ਗਈ ਪੰਜਾਬ 'ਚ, ਤਾਂ ਆਮ ਆਦਮੀ ਦੀ ਸਰਕਾਰ 100% ਆ। ਸੋ ਡਿਪੈਂਡ ਆ ਹੁਣ ਇਸ 'ਤੇ ਵੋਟਿੰਗ ਕਿੰਨੀ ਹੁੰਦੀ ਆ। ਫਿਰ ਮੈਂ ਰਿਪੀਟ ਕਰ ਦਵਾਂ, 75% ਤੋਂ ਜ਼ਿਆਦਾ ਵੋਟ ਭਾਵ ਆਮ ਆਦਮੀ ਦੀ ਸਰਕਾਰ ਅੱਜੇ ਹੀ 100% ਪੱਕੀ ਆ, 10 ਮਾਰਚ ਦੀ ਲੋੜ ਵੀ ਨਹੀਂ ਪੈਣੀ। ਸਹੀ ਆ ਜੀ, ਮੇਰੀ ਗੱਲ ਇਹ ਰੱਖ ਲਿਓ, ਜਿੰਨੀ ਜ਼ਿਆਦਾ ਵੋਟਿੰਗ ਹੋਗੀ ਉਨੀ ਜ਼ਿਆਦਾ ਚਾਂਸ ਆ ਆਮ ਆਦਮੀ ਦੇ। ਤੇ ਦੂਜੀ ਗੱਲ, ਸਾਰਿਆਂ ਰਿਕੁਐਸਟ ਹੱਥ ਜੋੜ ਕੇ ਵੋਟ ਵੱਧੋ ਵੱਧ ਪਾਇਓ। ਕਈ ਕਹਿੰਦੇ ਰਹਿੰਦੇ ਸਾਡੀ ਇੱਕ ਵੋਟ ਨਾਲ ਕੀ ਹੋਣਾ। ਬਾਈ ਜੀ, ਆਪਣੇ ਸਾਡੇ ਕੋਲ ਇਲਾਕਾ ਆਦਮਪੁਰ 'ਚ, ਉੱਥੇ 2 ਵੋਟਾਂ ਨਾਲ MLA ਹਾਰ ਗਿਆ ਸੀ। ਇੱਕ ਇੱਕ ਵੋਟ ਕੀਮਤੀ ਆ, 30 ਤੋਂ 40 ਸੀਟਾਂ ਇਦਾਂ ਦੀਆਂ ਜਿੱਥੇ 500 ਤੋਂ 1000 ਦਾ ਰਹਿਣਾ ਆ ਜੋ ਜਿੱਤ ਹਾਰਦਾ। ਸਾਰਿਆਂ ਰਿਕੁਐਸਟ ਹੈ ਜੀ, ਵੋਟ ਜ਼ਰੂਰ ਪਾਓ ਇੱਕ ਵਾਰੀ। ਅਕਾਲੀ ਕਾਂਗਰਸ BJP ਨੂੰ ਛੱਡ ਕੇ ਜਿਹਨੂੰ ਮਰਜ਼ੀ ਪਾ ਦਿਓ, ਬਸ ਇਹਨਾਂ ਨੂੰ ਨਾ ਪਾਇਓ। ਤੁਸੀਂ ਇੱਕ ਗੱਲ ਨੋਟ ਕਰਿਓ, ਸਾਡੇ ਵਰਗੇ ਆਮ ਲੋਕ ਧੱਕੇ ਖਾਂਦੇ ਆ। ਸਿਲੰਡਰ ਲੈਣ ਜਾਣ ਲਈ ਸਾਨੂੰ ਲਾਈਨਾਂ 'ਚ ਲੱਗਣਾ ਪੈਂਦਾ, ਖੰਡ ਤੇਲ ਲੈਣ ਲਈ। ਕਦੀ ਤੁਸੀਂ MLA ਲਾਈਨ 'ਚ ਲੱਗਿਆ ਦੇਖਿਆ ਸਿਲੰਡਰ ਲੈਣ ਜਾਣ ਲਈ ਜਾਂ ਕੁਛ ਵੀ, ਕੋਈ ਵੀ ਕੰਮ ਕਰਾਉਣ ਲਈ? ਸੋ ਇੱਕੋ ਹੀ ਹੱਥ ਜੋੜ ਕੇ ਰਿਕੁਐਸਟ ਆ ਭਰਾਵੋ, ਗਲੀਆਂ ਨਾਲੀਆਂ ਤੋਂ ਥੋੜ੍ਹਾ ਉੱਤੇ ਉੱਠ ਕੇ ਸੋਚੋ, ਆਪਣੇ ਬੱਚਿਆਂ ਦਾ ਸੋਚੋ। ਪੰਜਾਬ 'ਚ ਕੋਈ ਰੁਜ਼ਗਾਰ ਨਹੀਂ ਗਾ, ਕੋਈ ਕੁਛ ਨਹੀਂ, ਧੂੜ ਧੱਕੇ ਆ। 5-7 ਹਜ਼ਾਰ ਰੁਪਈਆ ਮਹੀਨੇ ਦਾ ਮਿਲਦਾ ਉੱਥੇ ਕੰਮਾਂ ਦਾ। ਹਾਂਜੀ, 5-7 ਹਜ਼ਾਰ ਆ ਵੱਧੋ ਵੱਧ, $100। ਸੋ ਬਾਈ ਜੀ, ਬਹੁਤ ਮਾੜੇ ਹਾਲ ਕਰਤੇ ਇਹਨਾਂ ਸਰਕਾਰਾਂ ਨੇ ਪੰਜਾਬ ਦਾ। ਪੰਜਾਬ ਪਤਾ ਕਿੰਨੇ ਕਰਜ਼ੇ 'ਚ ਆ, ਜੀਰੋਆਂ ਮੁੱਕ ਜਾਣੀਆਂ ਪੰਜਾਬ ਦਾ, ਜੇ ਤੁਹਾਨੂੰ ਕਰਜ਼ਾ ਸੁਣਾਉਣ ਲੱਗਾ। ਪੰਜਾਬ ਬਹੁਤ ਖੁਸ਼ਹਾਲ ਸੂਬਾ ਸੀ, ਪਰ ਇਹਨੇ ਨੰਗ ਕਰਕੇ ਛੱਡਤਾ। ਸੋ ਹੱਥ ਜੋੜ ਕੇ ਰਿਕੁਐਸਟ ਆ ਭਰਾਵੋ, ਸਵੇਰੇ ਵੀ ਕਰਤੂਤਾਂ ਦਿਖਾਈਆਂ ਤੁਹਾਨੂੰ ਬਾਦਲਾਂ ਦੀਆਂ, ਕਾਂਗਰਸੀਆਂ ਦੀਆਂ, ਮੌਕਾ ਇੱਕ ਤੀਜੀ ਧਿਰ ਨੂੰ ਦੇ ਦਿਓ ਭਰਾਵੋ। ਮੈਂ ਤਾਂ ਉਹ ਗਿਆ ਸੀ ਪ੍ਰੋਗਰਾਮ ਗੋਰਿਆਂ ਦਾ, ਉੱਥੇ ਮੀਂਹ 'ਚ ਐਨ ਪੈ ਗਈ, ਮੇਰਾ ਸਿਰ ਦੁਖੀ ਜਾਂਦਾ, ਮੈਂ ਤਾਂ ਸੌ ਗਿਆ ਸੀ। ਮੈਨੂੰ ਫਿਰ ਚੇਤਾ ਆਇਆ ਵੀ ਪੰਜਾਬ ਤਾਂ ਵੋਟਾਂ ਪੈਣ ਡਈਆਂ, ਦਿਮਾਗ ਤਾਂ ਮੇਰਾ ਉੱਧਰ ਆ। ਮੈਂ ਉੱਠ ਕੇ ਮੈਂ ਕਿਹਾ ਚਲੋ ਵੀਡੀਓ ਪਾਈਏ ਇੱਕ ਮਾੜੀ ਜੀ, ਹੈ ਨਾ। ਰਿਕੁਐਸਟ ਹੀ ਕਰਨ ਆਇਆ ਜੀ, ਤੀਜੀ ਧਿਰ ਨੂੰ ਵੋਟਾਂ ਪਾ ਦਿਓ, ਇਹਨਾਂ ਨੂੰ ਨਾ ਪਾਇਓ। ਸੋ ਬਾਈ ਜੀ, ਫਿਰ ਉਹੀ ਗੱਲ ਆ, ਮੈਂ ਤਾਂ ਇੱਥੇ ਕਨੇਡਾ 'ਚ ਆ, ਸਰੀ 'ਚ ਆ। ਸੋ ਸਾਨੂੰ ਦੁੱਖ ਆ ਪੰਜਾਬ ਦਾ। ਸੋ ਵੱਧੋ ਵੱਧ ਵੋਟ ਜ਼ਰੂਰ ਪਾਇਓ ਸਾਰੇ, ਅਤੇ ਕਮੈਂਟ ਕਰਕੇ ਦੱਸਿਓ ਜੀ ਕਿਹਨੂੰ ਕਿਹਨੂੰ ਵੋਟ ਪਾ ਕੇ ਆਏ ਆ। ਅਤੇ ਬਾਕੀ ਬਾਦਲਾਂ ਦੇ ਪੈਸਿਆਂ ਦਾ ਵੀ ਤੁਹਾਨੂੰ ਦੱਸਾਂਗੇ ਜੀ। ਦਾਰੂ ਦੇ ਇਹਨਾਂ ਦੇ ਕਾਰੋਬਾਰ ਆ, ਬੱਸਾਂ ਇਹਨਾਂ ਦੀਆਂ ਆ, ਕੇਬਲ ਇਹਨਾਂ ਦੀ ਆ ਯਾਰ, ਕੋਈ ਕੰਮ ਛੱਡਿਆ ਹੀ ਨਹੀਂ ਗਾ, ਸਭ ਨੂੰ ਪਤਾ, ਹੋਟਲ ਇਹਨਾਂ ਦੇ ਆ, ਸਾਰੇ ਪਾਸੇ ਇਹਨੀ ਹਿੱਸੇਦਾਰੀ ਪਾਈਓ ਆ। ਅਤੇ ਕਾਂਗਰਸ ਦੇ ਵੀ ਬਾਈ ਜੀ ਘੁਟਾਲਿਆਂ ਦੇ ਕੋਈ ਲਿਸਟ ਹੀ ਨਹੀਂ ਗੀ, ਹੈ ਨਾ। ਸੋ ਜੀਰੋਆਂ ਮੁੱਕ ਜਾਂਦੀਆਂ ਆ। ਸੋ ਰਿਕੁਐਸਟ ਹੀ ਕਰਨ ਆਇਆ ਸੀ ਜੀ। ਸੋ ਫਿਰ ਉਹੀ ਗੱਲ ਆ, ਹੁਣ ਸਵੇਰ ਤੱਕ, ਹੁਣ ਕਿੰਨੇ ਵਜੇ ਆ, ਉਦੋਂ ਤਾਂ ਸਾਡੇ ਰਾਤ ਹੋਣੀ ਆ ਜਦੋਂ ਆਹ ਵੋਟਾਂ ਮੁੱਕਣੀਆਂ। ਸੋ ਫਿਰ ਮੇਰੀ ਗੱਲ, ਇਹ ਵੀਡੀਓ ਸਾਂਭ ਕੇ ਰੱਖ ਲਿਓ, 70% 'ਚੋਂ ਵੱਧ ਜੇ ਵੋਟਿੰਗ ਹੋ ਗਈ ਅੱਜ ਪੰਜਾਬ 'ਚ, 70% ਤੋਂ ਵੱਧ ਵੋਟਿੰਗ ਹੋ ਗਈ, ਤਾਂ 100% ਚਾਂਸ ਆ ਆਮ ਆਦਮੀ ਦੀ ਸਰਕਾਰ ਦੇ। ਇਹ ਹੁਣ ਵੋਟਿੰਗ ਤੇ ਡਿਪੈਂਡ ਹੈ ਕਿੰਨੇ ਪਰਸੈਂਟ ਵੋਟਿੰਗ ਹੁੰਦੀ ਆ। ਸੋ ਤੁਸੀਂ ਵੀ ਦੇਖਿਓ, ਜੇ ਤਾਂ ਰਸ਼ ਆ ਤੁਹਾਡੇ ਇਲਾਕਿਆਂ 'ਚ ਵੋਟਾਂ ਪਾਉਣ ਲਈ, ਪਹਿਲਾਂ ਨਾਲੋਂ ਜ਼ਿਆਦਾ ਰਸ਼ ਆ, ਤਾਂ ਸਮਝ ਲਓ ਵੈਸੇ ਝਾੜੂ ਫਿਰ ਗਿਆ। ਤੇ ਓਕੇ ਜੀ, ਸਾਰਿਆਂ ਨੂੰ ਸ਼ੁਭ ਦੁਆਵਾਂ, ਅੱਜ ਪੰਜਾਬ ਦੇ ਭਲੇ ਵਾਲਾ ਦਿਨ ਆ।
ਸੋ ਬਹੁਤ ਆਪਾਂ ਧੱਕੇ ਖਾ ਲਏ, ਛਿੱਤਰ ਖਾ ਲਏ। ਸੋ ਰਿਕੁਐਸਟ ਹੱਥ ਜੋੜ ਕੇ ਸਹੀ ਇਸਤੇਮਾਲ ਇਸ ਇੱਕ ਦਿਨ ਦਾ, ਮਤਦਾਨ ਮਤਦਾਨ। ਸੋ ਆਪਣੇ ਮਤ ਦਾ ਸਹੀ ਪਾਸੇ ਦਾਨ ਕਰ ਲਿਓ। ਮੈਨੂੰ ਬਥੇਰੇ ਕਹਿੰਦੇ ਆ ਵੀ ਤੈਨੂੰ ਆਮ ਆਦਮੀ ਨੇ ਪੈਸੇ ਚਾੜਤੇ, ਇੱਦਾਂ ਕਰਤੇ ਉੱਦਾਂ ਕਰਤੇ। ਭਰਾਵੋ ਜੇ ਪੈਸੇ ਚਾੜੇ ਹੁੰਦੇ ਮੈਂ ਕਹਿੰਦਾ ਕਲਿੱਕਾਂ ਦਾ, ਕਹਿੰਦਾ ਮੈਂ ਤਾਂ ਫੇਕ ਕਲਿੱਕ ਦਾ ਕਹਿਣ ਲੱਗਾ। ਸਹੀ ਹੈ ਨਾ, ਮੈਨੂੰ ਕੋਈ ਪੈਸਾ ਨਹੀਂ ਚੜਿਆ ਕਿਸੇ ਪਾਸਿਓ, ਲੈਟ ਮੱਥੇ ਲੱਗਦੀ ਆ। ਹਾਂਜੀ, ਅਤੇ ਬਾਕੀ ਦੂਜੀ ਗੱਲ, ਜਾਂਦੇ ਜਾਂਦੇ ਸਾਰੇ ਯਾਰ ਝਾੜੂ ਪਿੱਛੇ ਕਿਉਂ ਪਏ ਹੋ ਆ? ਲੱਖਾਂ ਸਿਧਾਣਾ ਵੀ ਹੋਇਆ, ਹੋਰ ਵੀ ਹੋਏ। ਅਖੇ ਜੀ ਝਾੜੂ ਇੱਦਾਂ, ਹੁਣ ਨਵੀਂ ਗੱਲ ਲਿਆਂਦੀ, ਅਖੇ ਦੀਪ ਸਿੱਧੂ ਬਾਈ ਜਿਹੜੇ ਟਰੱਕ ਨਾਲ ਉਸਦੀ ਮੌਤ ਹੋਈ ਆ, ਉਹ ਆਮ ਆਦਮੀ ਵਾਲਿਆਂ ਦਾ ਟਰੱਕ ਸੀ। ਉਹ ਯਾਰ ਹੜਦੂ ਲਾਉਣ 'ਤੇ ਲੋਕਾਂ ਦੀ, ਅਤੇ ਉਦੋਂ ਮੋਹਰੇ ਵੀਡੀਓ ਸ਼ੇਅਰ ਕਰਨ ਵਾਲਿਆਂ ਦੀ, ਤੁਸੀਂ ਵੀ ਇੰਨੇ ਵਾਂਗੂ ਸ਼ੇਅਰ ਕਰਨ ਲੱਗ ਪੈਂਦੇ। ਅਖੇ ਜੀ ਆਮ ਆਦਮੀ ਦਾ ਬੰਦਾ ਆ, ਉਹਦਾ ਟਰੱਕ ਸੀਗਾ, ਉਹਨੇ ਮਾਰਿਆ ਆ। ਉਹ ਯਾਰ ਬਖਸ਼ੋ, ਉਹ ਬਖਸ਼ੋ। ਤੇ ਦੂਜੀ ਇੱਕ ਗੱਲ ਹੋਰ, ਬਹੁਤ ਝੂਠੀ ਆਡੀਓ ਭਗਵੰਤ ਮਾਨ ਦੀਆਂ, ਨਕਲੀ ਆਵਾਜ਼ਾਂ ਵਾਲੀਆਂ ਆਡੀਓ ਬਹੁਤ ਵਾਇਰਲ ਹੋਣ ਡਈਆਂ ਆ। 10-10 ਕਰੋੜ ਰੁਪਏ ਲੈ, ਇੱਦਾਂ ਲੈ, ਉੱਦਾਂ ਲੈ। ਆ ਜੋੜੇ ਹੱਥ ਭਰਾਵੋ, ਧੰਨਿਆ ਤੁਸੀਂ, ਤੁਹਾਨੂੰ 21 ਤੋਪਾਂ ਦੀ ਸਲਾਮੀ। ਜਿਹੜੇ ਇੱਦਾਂ ਦੀਆਂ ਵੀਡੀਓ ਨੂੰ ਬਿਨਾਂ ਜਾਂਚੇ ਪਰਖੇ ਗਾਂ ਦੀ ਗਾਂ ਸ਼ੇਅਰ ਕਰਦੇ, ਸਭ ਕੁਛ ਝੂਠ ਆ। ਸੋ ਅਸ਼ਵਨੀ ਸ਼ਰਮਾ ਕਿਹੜਾ ਬੀਜੇਪੀ ਦਾ, ਉਹ ਤਾਂ ਸ਼ਰੇਆਮ ਕਹਿ ਗਿਆ, ਕਹਿੰਦਾ ਕਾਂਗਰਸੀਆਂ ਨੂੰ ਵੋਟ ਪਾ ਦਿਓ, ਜੇ ਬੀਜੇਪੀ ਨੂੰ ਨਹੀਂ ਪਾਉਣੀ ਕਾਂਗਰਸ ਨੂੰ ਪਾ ਦਿਓ, ਆਮ ਨੂੰ ਨਾ ਪਾਇਓ। ਕਾਂਗਰਸ, ਅਕਾਲੀ, ਬੀਜੇਪੀ ਸਾਰੇ ਇੱਕ ਪਾਸੇ ਆ, ਤੇ ਇੱਕ ਪਾਸੇ ਝਾੜੂ ਆ। ਇਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ ਵੀ ਝਾੜੂ ਦੀ ਸਰਕਾਰ ਨਹੀਂ ਆਉਣ ਦੇਣੀ। ਸੋ ਬਾਈ ਜੀ, ਜੇ ਤੁਹਾਨੂੰ ਲੱਗਦਾ ਵੀ ਮਜੀਠਿਆ ਅਤੇ ਸਿੱਧੂ ਆਪਸ 'ਚ ਲੜਦੇ ਆ, ਸਾਰੇ ਆਪਸ 'ਚ ਮਿਲੇ ਹੋ ਆ ਭਰਾਵੋ, ਰਾਤਾਂ ਨੂੰ ਦਾਰੂਆਂ ਨਾਲ ਬੱਕਰੇ ਖਾਂਦੇ ਆ, ਤੁਸੀਂ ਪਿੰਡਾਂ 'ਚ ਧੜੇਬਾਜ਼ੀਆਂ ਨਾ ਪਾਓ, ਨਾ ਲੜੋ ਪਾਰਟੀਆਂ ਪਿੱਛੇ, ਇਹ ਸਾਰੇ ਇੱਕੋ ਹੀ ਆ। ਕਾਨੂੰਨੀ ਯਾਰ ਤੁਸੀਂ ਸਮਝਦੇ, ਮੈਨੂੰ ਨਹੀਂ ਸਮਝ ਲੱਗਦੀ। ਓਕੇ ਜੀ, ਅਤੇ ਸਾਰਿਆਂ ਰਿਕੁਐਸਟ ਆ, ਦੱਸਿਓ ਕਮੈਂਟ ਕਰਿਓ ਕਿਹਨੂੰ ਕਿਹਨੂੰ ਵੋਟ ਪਾ ਕੇ ਆਏ। ਫਿਰ ਉਹੀ ਗੱਲ, 70% ਤੋਂ ਵੱਧ ਵੋਟ ਪੈ ਗਈ ਜੀ ਅੱਜ ਪੰਜਾਬ 'ਚ, ਅਤੇ ਕੱਲ੍ਹ ਨੂੰ ਹੀ ਭੰਗੜੇ ਆਪਾਂ ਪਾ ਦੇਣੇ ਆ। ਉਹ ਪੱਕੀ ਸਰਕਾਰ ਆਮ ਆਦਮੀ ਦੀ ਆ, 70%। ਸੋ 70% ਤੋਂ ਜੇ ਘੱਟ ਵੋਟਿੰਗ ਹੋਈ, ਫਿਰ ਥੋੜ੍ਹਾ ਜਿਹਾ ਸ਼ਸ਼ੋ ਭੰਜ ਰਹਿਣਾ, ਜੇ ਵੱਧ ਹੋ ਗਈ ਤਾਂ ਸਮਝ ਲਓ ਕੱਲ੍ਹ ਨੂੰ ਮੋੜ ਲੱਗ ਜਾਣੀ ਆ। ਓਕੇ ਜੀ, ਸਾਰੇ ਵੋਟ ਪਾ ਕੇ ਆਓ ਆਪਣੀ ਵੋਟ, ਅਤੇ ਨੋਟਾਂ ਦਾ ਬਟਨ ਵੀ ਹੈ ਕਿ ਨਨ ਆਫ ਦਾ ਅਬੋਵ, ਹੈ ਨਾ? ਸੋ ਜੇ ਤੁਹਾਨੂੰ ਉਹ ਮਹਿਸੂਸ ਹੁੰਦਾ, ਵੈਸੇ ਉਹ ਮਹਿਸੂਸ ਹੋਣ ਦੀ ਤਾਂ ਲੋੜ ਹੀ ਨਹੀਂ, ਝਾੜੂ ਫੇਰੇ ਆਇਓ। ਸੋ ਆਪਾਂ ਤਾਂ ਸਿੱਧਾ ਹੀ ਕਹਿੰਦੇ ਹਾਂ ਬਾਈ ਜੀ, ਹੈ ਨਾ, ਤੁਹਾਨੂੰ ਤੀਜੀ ਧਿਰ ਜਿਹੜੀ ਦੀਦੀ ਆ ਵੀ ਹਾਂ, ਜਿਹੜੀ ਜਿੱਤ ਸਕਦੀ ਆ। ਬਾਕੀ ਅਮਰਗੜ੍ਹ ਵਾਲਿਆਂ ਨੂੰ ਪੀ ਲਿਆ, ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ 'ਚ ਕਈ ਕਲਾਕਾਰਾਂ ਨੇ ਅਪੀਲ ਕੀਤੀ ਆ। ਭਰਾਵੋ ਮੈਂ ਤਾਂ ਬੁਖਾਰ ਚੜ ਗਿਆ, ਐਨ ਪੈ ਗਈ ਸਿੱਧੀ ਸਿਰ 'ਚ ਵੱਜੀ ਐਨ। ਓਕੇ ਜੀ, ਅਤੇ ਸਾਰਿਆਂ ਰਿਕੁਐਸਟ ਆ, ਵੋਟ ਵੱਧੋ ਵੱਧ ਪਾ ਕੇ ਆਓ। ਹਾਂਜੀ, ਅਤੇ ਸਵੇਰ ਨੂੰ ਮਿਲਦੇ ਹਾਂ ਫਿਰ, ਅਤੇ ਹੁਣ ਮੈਂ ਤਾਂ ਲੱਗਾ ਸੌਣ। ਕਿੰਨੇ ਵੱਜ ਗਏ ਇੱਥੇ? 9:57 ਹੋ ਗਿਆ ਰਾਤ ਦੇ, ਅਤੇ 70% ਤੋਂ ਜੇ ਵੱਧ ਹੋ ਗਈ ਤਾਂ ਕੱਲ੍ਹ ਨੂੰ ਹੀ ਆਪਾਂ ਭੰਗੜੇ ਪਾ ਦੇਣੇ ਆ। ਸੋ ਕੀ ਕਹਿੰਦੇ ਹੁੰਦੇ ਆ, ਹੋਪ ਫੋਰ ਦਾ ਬੈਸਟ। ਸਾਰਿਆਂ ਸਤਿ ਸ਼੍ਰੀ ਅਕਾਲ, ਤੁਸੀਂ ਵੀ ਕਮੈਂਟ ਕਰੋ ਬਾਈ ਜੀ ਕਿਹਨੂੰ ਕਿਹਨੂੰ ਵੋਟ ਪਾ ਕੇ ਆਏ ਆ, ਤੁਹਾਡੇ ਕਮੈਂਟ ਵੀ ਥੋੜ੍ਹੇ ਜਿਹਾ ਪੜ੍ਹ ਲੈਂਦੇ ਹਾਂ ਫਿਰ, ਅਤੇ ਦੱਸਿਓ ਕਿਹਨੂੰ ਕਿਹਨੂੰ ਵੋਟ ਪਾ ਕੇ ਆਏ ਆ। ਅਤੇ ਓਕੇ ਜੀ, ਵੱਧੋ ਵੱਧ ਵੋਟਾਂ ਪਵਾਓ ਆਪਣੇ ਆਲੇ ਦੁਆਲੇ ਸਾਰਿਆਂ ਨੂੰ ਲੈ ਕੇ ਜਾਓ, ਹੈ ਨਾ? ਸੋ ਬਾਕੀ ਫਿਰ ਉਹੀ ਆਪਣੇ ਆਪਣੇ ਬਜ਼ੁਰਗ ਬੀਬੀਆਂ ਮਾਤਾਵਾਂ ਨੂੰ, ਬਾਬਿਆਂ ਨੂੰ ਬੇਨਤੀ ਆ, ਹੈ ਨਾ, ਵੀ ਵੋਟਾਂ ਵਾਲੇ ਦਿਨ ਤੁਸੀਂ ਵੀ ਦੇਖਿਆ ਪਿਛਲੇ 70 ਸਾਲਾਂ 'ਚ ਕਿੱਦਾਂ ਤੁਹਾਨੂੰ ਘਰੋ ਘਰੀ ਮੋਟਰਸਾਈਕਲਾਂ 'ਤੇ ਸਕੂਟਰਾਂ 'ਤੇ ਕਾਰਾਂ 'ਚ ਬਿਠਾ ਕੇ ਲੈ ਜਾਂਦੇ ਆ, ਫਿਰ 5 ਸਾਲ ਤੁਹਾਨੂੰ ਕੋਈ ਨਹੀਂ ਪੁੱਛਦਾ। ਸੋ ਥੋੜ੍ਹੀ ਜਿਹੀ ਅਕਲ ਲੈ ਲਓ ਬਾਈ ਜੀ। ਹਾਂਜੀ, ਰਿਕੁਐਸਟ ਆ ਜੀ, ਇੱਕ ਮੌਕਾ, ਇੱਕ ਤੀਜੀ ਧਿਰ ਨੂੰ। ਸੋ ਆਮ ਆਦਮੀ ਉੱਭਰ ਕੇ ਸਾਹਮਣੇ ਆਉਂਦੀ ਹੈ ਜਦੋਂ ਤੀਜੀ ਧਿਰ ਦਾ ਨਾਂ ਲੈਂਦੇ। ਸੋ ਇੱਕ ਮੌਕਾ ਦੇ ਦਿਓ, ਤੁਹਾਡਾ ਹੀ ਭਲਾ ਆ, ਪੰਜਾਬ ਦਾ ਭਲਾ ਆ। ਓਕੇ ਜੀ, ਅਤੇ ਝੂਠੀਆਂ ਜਿਹੜੀਆਂ ਨਿਊਜ਼ ਆ ਉਹਨਾਂ ਨੂੰ ਨਾ ਸ਼ੇਅਰ ਕਰਿਆ ਕਰੋ, ਹੱਥ ਜੋੜ ਕੇ ਬੇਨਤੀ ਆ।
ਮਿਲਦੇ ਹਾਂ ਸਵੇਰ ਨੂੰ ਨਵੀਂ ਵੀਡੀਓ ਨਾਲ, ਅਤੇ ਲਿੰਕ ਪਾਉਣਾ ਜੀ, ਲਿੰਕ ਵੀ ਸਾਰੇ ਕਲਿੱਕ ਕਰ ਦਿਓ, ਸਾਰਿਆਂ ਨੂੰ ਪਤਾ ਹੈ ਨਾ, ਅਤੇ ਦੱਸਿਓ ਜੀ ਕਿਹਨੂੰ ਵੋਟ ਪਾ ਕੇ ਆਏ ਹਾਂ, ਭਾਵੇਂ ਤੁਸੀਂ ਅਕਾਲੀਆਂ ਨੂੰ ਪਾਈ ਜਾਂ ਕਾਂਗਰਸ ਨੂੰ, ਜਿਹਨੂੰ ਮਰਜ਼ੀ ਗਾਲਾਂ ਨਾ ਲਿਖਿਆ ਕਰੋ, ਉੱਦਾਂ ਲਿਖ ਦਿਓ ਭਰਾਵੋ ਕਿਹਨੂੰ ਪਾਈ ਆ, ਅਤੇ ਸਵੇਰ ਨੂੰ ਫਿਰ ਉੱਠ ਕੇ ਦੇਖਦੇ ਹਾਂ ਜੇ 70% ਹੋ ਗਈ ਵੀਡੀਓ ਲਾਈਵ ਆਉਣ ਤੋਂ ਪਹਿਲਾਂ। ਓਕੇ, ਸਤਿ ਸ਼੍ਰੀ ਅਕਾਲ, ਅਤੇ ਵੋਟ ਪਾਇਓ ਸਾਰੇ, ਸ਼ੁਕਰੀਆ, ਲਿੰਕ ਵੀ ਕਲਿੱਕ ਕਰ ਦਿਓ।